ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਵਨ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਤਾਂ ਹਾਂਜੀ ਦੋਸਤੋ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕਨੋਮਿਕ ਦੇ ਪੇਪਰ ਦੇ ਇੰਪੋਰਟੈਂਟ ਐਮਸੀਕਿਊ ਤੇ ਆਨਸਰ ਲੈ ਕੇ ਆ ਚੁੱਕੇ ਹਾਂ ਹਾਂਜੀ ਦੋਸਤੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਹੌਲ ਤੇ ਪ੍ਰੈਸ ਜ਼ਰੂਰ ਕਰ ਲੈਣਾ ਤੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲੈਣਾ ਉੱਥੇ ਆਪਾਂ ਤੁਹਾਨੂੰ ਸਟੱਡੀ ਮਟੀਰੀਅਲ ਸਾਰਿਆਂ ਤੋਂ ਪਹਿਲਾਂ ਪ੍ਰੋਵਾਈਡ ਕਰਾ ਦਿੰਨੇ ਆ आठ चार सौ चार सौ चार सौ जी हाँ याद कर लीजिए व्हाट्सअप नंबर क्योंकि अब चाहे आपका मैथ का सवाल हो या फिजिक्स केमिस्ट्री बायोलॉजी का आपके हर डाउट हर क्वेश्चन का मिलेगा तुरंत वीडियो सोल्यूशन वो भी सीधा आपके व्हाट्सएप पर बस अपने फ़ोन में डाउट डाउटनेट का आठ चार सौ चार सौ चार सौ व्हाट्सएप नंबर सेव कीजिए और चैट ओपन कीजिए फिर जो भी आपका डाउट है उस सवाल की बस आपको फोटो खींचनी है उसे क्रॉप करना है और पाँच सेकेंड में आपको उसका वीडियो सोलूशन मिल जाएगा छः से बारह आई आई टी नीट सी बी एस ई और सभी स्टेट के बच्चों के लिए तो देर किस बात की अभी जाइए और आठ चार सौ चार सौ चार सौ पर अपना सवाल व्हाट्सअप कीजिए और अपने सभी डाउट्स को करिए आउट लिंक डिस्क्रिप्शन में है तो जी दोस्तों इस वीडियो में पहले लैसन तो लैके पाँचवें लैसन तक दे अंक वाले सारे प्रश्न विद आंसर दसे तो दोस्तों वीडियो में शुरू तो लैके खीर तक जरूर देखना ਹਾਂਜੀ ਦੋਸਤੋ ਆਪਣਾ ਪਹਿਲਾ ਕੁਸ਼ਣ ਹੈਗਾ ਪੰਜਾਬ ਦਾ ਲਗਭਗ ਡੈਸ਼ ਪ੍ਰਤੀਸ਼ਤ ਭਾਗ ਬਣ ਹੈਟ ਹੈ ਹਾਂਜੀ ਦੋਸਤੋ ਇਸ ਦਾ ਆਨਸਰ ਹੈਗਾ 6.6% ਦੂਜਾ ਕੁਸ਼ਣ ਹੈਗਾ ਪੰਜਾਬ ਵਿੱਚ ਡੈਸ਼ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਹਾਂਜੀ ਦੋਸਤੋ ਇਸ ਦਾ ਆਨਸਰ ਹੈਗਾ 11.3% ਤੀਜਾ ਕੁਸ਼ਣ ਹੈਗਾ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਕਿੱਥੇ ਹੈ ਇਸ ਦਾ ਆਨਸਰ ਹੈ ਰੂਪਨਗਰ ਚੌਥਾ ਕੁਸ਼ਣ ਹੈ ਪੰਜਾਬ ਵਿੱਚ ਮਿੱਟੀ ਦੀਆਂ ਕਿਹੜੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ ਆਨਸਰ ਹੈਗਾ ਪਹਾੜੀ ਮਿੱਟੀ ਰੇਤਲੀ ਮਿੱਟੀ ਉਤਰੀ ਮੈਦਾਨੀ ਖੇਤਰ ਦੀ ਮਿੱਟੀ ਪਹਾੜੀ ਖੇਤਰ ਦੀ ਮਿੱਟੀ ਰੇਤਲੀ ਮਿੱਟੀ ਪੰਨੇ ਮ ਹੈਗਾ ਸਿੰਚਾਈ ਅਧੀਨ ਖੇਤਰ ਦੇ ਸੰਦਰਭ ਵਿੱਚ ਪੰਜਾਬ ਦੀ ਪਹਿਲੀ ਮੁੱਖ ਨਦੀ ਕਿਹੜੀ ਹੈ ਇਸ ਦਾ ਅਨਸਰ ਹੈਗਾ ਸਤਲੁਜ 6ਵਾਂ ਕੁਸ਼ਣ ਹੈ ਪੰਜਾਬ ਊਰਜਾ ਵਿਕਾਸ ਏਜੰਸੀ ਦਾ ਸਥਾਪਨਾ ਕਦੋਂ ਹੋਈ ਹਾਂਜੀ ਦੋਸਤੋ ਇਸ ਦਾ ਅਨਸਰ ਹੈਗਾ ਸਤੰਬਰ 1991 7ਵਾਂ ਕੁਸ਼ਣ ਹੈ ਪੰਜਾਬ ਵਿੱਚ ਸੈਰੀ ਜਨਸੰਖਿਆ ਸਿਰਫ ਡੈਸ਼ ਤਹਿਸੀਲ ਵਿੱਚ ਨਹੀਂ ਹੈ ਇਸ ਦਾ ਅਨਸਰ ਹੈਗਾ ਖਡੂਰ ਸਾਹਿਬ 8ਵਾਂ ਹੈਗਾ ਪੰਜਾਬ ਦਾ ਰਾਜ ਦਰਖਤ ਕਿਹੜਾ ਇਸ ਦਾ ਹੈਗਾ ਸ਼ੀਸ਼ਮ ਨੋਮਾ ਹੈਗਾ ਪਾਖੜਾ ਡੈਮ ਕਿਸ ਨਦੀ ਤੇ ਸਥਿਤ ਹੈ ਇਸ ਦਾ ਅਨਸਰ ਹੈਗਾ ਸਤਲੁਜ 10 ਮਾ ਹੈਗਾ ਦੁਆਬਾ ਖੇਤਰ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹੇ ਹਨ ਹਾਂਜੀ ਦੋਸਤੋ ਇਸ ਦਾ ਅਨਸਰ ਹੈਗਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਨੰਬਰ 1 ਹੈ ਨਮਾ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਚਾਰ ਜੁਲੰਧਰੀ ਡਬਲ ਕਰ ਕੈਨਸਲ ਲਿਖਿਆ ਹੋਇਆ ਤਾਂ ਗਲਤ ਹੋ ਗਿਆ ਸੌਰੀ ਅੱਗੇ ਦੇਖ ਸਕਦੇ ਹੋ ਦੂਜਾ ਲੈਸਨ ਹੈ ਪੰਜਾਬ ਦੇ ਮਨੁੱਖੀ ਸ਼ਕਤੀ ਸਾਧਨ ਪਹਿਲਾ ਕੁਛ ਨਾ ਹੈਗਾ ਜਨਸੰਖਿਆ ਦੇ ਪੱਖੋਂ ਪੰਜਾਬ ਦਾ ਸਾਰੇ ਭਾਰਤ ਵਿੱਚ ਡੈਸ਼ ਸਥਾਨ ਹੈ ਹਾਂਜੀ ਦੋਸਤੋ ਇਸ ਦਾ ਅਨਸਰ ਹੈਗਾ 15ਵਾਂ ਅੱਗੇ ਖਾਲੀ ਥਾਂ ਮਾ ਨੇ ਆਪਣੀ ਆ ਪੰਜਾਬ ਵਿੱਚ ਜਨਮਦਾਰ ਉਸ ਦਰ ਤੋਂ ਡੈਸ਼ ਹੈ ਹਾਂਜੀ ਦੋਸਤੋ ਇਸ ਦਾ ਹੈਗਾ ਅਨਸਰ ਘਟ ਤੀਜਾ ਕੁਸ਼ਨ ਹੈਗਾ ਪੰਜਾਬ ਵਿੱਚ ਇਸਤਰੀ ਪੁਰਖ ਅਨੁਪਾਤ ਪੂਰੇ ਭਾਰਤ ਦੇ ਇਸਤਰੀ ਪੁਰਖ ਅਨੁਪਾਤ ਤੋਂ ਡੈਸ਼ ਹੈ ਇਸ ਦਾ ਉੱਤਰ ਹੈਗਾ ਘਟ ਅੱਗੇ ਹੈਗੇ ਨੇ ਆਪਣੇ ਸਹੀ ਗਲਤ ਪਹਿਲਾ ਹੈਗਾ ਪੂਰੇ ਭਾਰਤ ਵਿੱਚ ਸਿਰਫ ਹਰਿਆਣਾ ਰਾਜ ਵਿੱਚ ਇਸਤਰੀ ਪੁਰਖ ਅਨੁਪਾਤ ਪੰਜਾਬ ਤੋਂ ਘਟ ਹੈ ਇਸ ਦਾ ਹੈਗਾ ਸਹੀ ਅੱਗੇ ਪੰਜਵਾਂ ਕੁਸ਼ਨ ਹੈਗਾ ਪੰਜਾਬ ਵਿੱਚ ਕਮਕਾਜੀ ਜਨਸੰਖਿਆ ਦਾ ਲਗਭਗ 45% ਹਿੱਸਾ ਖੇਤੀਬਾੜੀ ਵਿੱਚ ਲੱਗਿਆ ਹੋਇਆ ਹੈ ਇਸ ਦਾ ਹੈਗਾ ਗਲਤ ਛੇਮਾ ਹੈਗਾ ਸਾਲ 2012 ਵਿੱਚ ਪੰਜਾਬ ਵਿੱਚ ਜਨਮ ਦਰ ਅਤੇ ਮੌਤ ਦਰ ਕਿੰਨੀ ਸੀ ਇਸ ਦਾ ਆਨਸਰ ਹੈਗਾ ਜਨਮ ਦਰ 15.9000 ਅਤੇ ਮੌਤ ਦਰ 6.8 ਪ੍ਰਤੀ ਹਜ਼ਾਰ ਸਤਮਾ ਹੈਗਾ ਜਨਮ ਦਰ ਨੂੰ ਪ੍ਰਭਾਜਿਤ ਕਰੋ ਜਨਮ ਦਰ ਦਾ ਮਤਲਬ ਹੈ ਪ੍ਰਤੀ ਹਜ਼ਾਰ ਆਦਮੀਆਂ ਦੇ ਪਿੱਛੇ ਪੈਦਾ ਹੋਏ ਬੱਚੇ ਅੱਠਵਾਂ ਕੁਐਸਚਨ ਹੈਗਾ ਇਸਤਰੀ ਪੁਰਖਾ ਅਨੁਪਾਤ ਤੋ ਤੁਸੀਂ ਕੀ ਸਮਝਦੇ ਹੋ ਹਾਂਜੀ ਦੋਸਤੋ ਇਸਦਾ ਆਨਸਰ ਹੈਗਾ ਇਸਤਰੀ ਪੁਰਖਾ ਅਨੁਪਾਤ ਤੋਂ ਭਾਵ ਹੈ ਕਿ 1000 ਆਦਮੀਆਂ ਪਿੱਛੇ ਕਿੰਨੀ ਔਰਤਾਂ ਦੀ ਆਬਾਦੀ ਹੈ ਨੌਵਾਂ ਕੁਐਸਚਨ ਹੈ 2011 ਦੀ ਜਨਗਣਨਾ ਮੁਤਾਬਕ ਪੰਜਾਬ ਵਿੱਚ ਇਸਤਰੀ ਪੁਰਖਾ ਅਨੁਪਾਤ ਕਿੰਨਾ ਹੈ ਹਾਂਜੀ ਇਸਦਾ ਆਨਸਰ ਹੈਗਾ 876 ਅੱਗੇ ਦਸਵਾਂ ਕੁਐਸਚਨ ਹੈਗਾ 2011 ਦੀ ਜਨਗਣਨਾ ਮੁਤਾਬਕ ਪੰਜਾਬ ਵਿੱਚ ਸੱਖਰਤਾ ਅਨੁਪਾਤ ਕਿੰਨਾ ਹੈ ਇਸਦਾ ਆਨਸਰ ਹੈਗਾ 76.7 ਅੱਗੇ ਦੋਸਤੋ ਲੈਸਨ ਨੰਬਰ 3 ਦੇ ਹੈਗੇ ਨੇ ਜਿਹੜਾ ਪਹਿਲਾ ਕੁਸ਼ਣ ਹੈ ਦੇਸ਼ ਵਿੱਚ ਉਪਜੇ ਅਨਾਜ ਦਾ ਲਗਭਗ ਕਿੰਨਾ ਹਿੱਸਾ ਪੰਜਾਬ ਵਿੱਚ ਪੈਦਾ ਹੁੰਦਾ ਹੈ ਜਿਸ ਦਾ ਆਨਸਰ ਹੈਗਾ 11.8% ਦੂਜਾ ਕੁਸ਼ਣ ਹੈਗਾ ਪੰਜਾਬ ਦੀਆਂ ਸਭ ਤੋਂ ਮੁੱਖ ਦੋ ਫਸਲਾਂ ਕਿਹੜੀਆਂ ਹਨ ਇਸ ਦਾ ਆਨਸਰ ਹੈ ਕਣਕ ਤੇ ਚਾਵਲ ਤੀਜਾ ਕੁਸ਼ਣ ਹੈ ਪੰਜਾਬ ਵਿੱਚ ਖੇਤੀਬਾੜੀ ਦੇ ਹੇਠ ਕੁੱਲ ਖੇਤਰਫਲ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਸਿੰਚਾਈ ਦਾ ਇੰਤਜ਼ਾਮ ਹੈ ਇਸ ਦਾ ਆਨਸਰ ਹੈਗਾ 90% ਚੌਥਾ ਹੈਗਾ ਇਹ ਠਾਂ ਵਿੱਚੋਂ ਕਿਹੜੀ ਫਸਲ ਖਰੀਬ ਦੀ ਨਹੀਂ ਆ ਇਸ ਦਾ ਹੈਗਾ ਚਨਾ ਪਹਿਲਾ ਕੁਸ਼ਣ ਹੈ ਖਾਲੀ ਥਾਂ ਵਿੱਚ ਸਹੀ ਸ਼ਬਦ ਚੁਣ ਕੇ ਭਰੋ ਪੰਜਾਬ ਦੇ ਕੁੱਲ ਖੇਤਰ ਦੀ ਡੈਸ਼ ਪ੍ਰਤੀਸ਼ਤ ਜ਼ਮੀਨ ਉੱਪਰ ਖੇਤੀ ਹੋ ਰਹੀ ਹੈ ਇਸ ਦਾ ਹੈਗਾ 83% ਇੱਕ ਦੂਜਾ ਹੈਗਾ 31 ਮਾਰਚ 2018 ਨੂੰ ਪੰਜਾਬ ਵਿੱਚ ਡੈਸ਼ ਨਿਜਮਤ ਮੰਡੀਆਂ ਦੀ ਸਥਾਪਨਾ ਕੀਤੀ ਗਈ ਇਸ ਦਾ ਆਨਸਰ ਹੈ 153 ਤੀਜਾ ਹੈਗਾ ਪੰਜਾਬ ਦੇ ਕੁੱਲ ਸਿੰਚਾਈ ਖੇਤਰ ਦੇ ਡੈਸ਼ ਪ੍ਰਤੀਸ਼ਤ ਹਿੱਸੇ ਦੀ ਸਿੰਚਾਈ ਨਹਿਰਾਂ ਰਾਹੀਂ ਹੋਮੇਦ ਹੈ ਹਾਂਜੀ ਇਸ ਦਾ ਆਨਸਰ ਹੈਗਾ 11.6% ਜੇ ਮੈਂ ਹੈਗਾ ਪੰਜਾਬ ਦੀ કુલ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀ ਤੋਂ ਪ੍ਰਾਪਤ ਹੁੰਦਾ ਹੈ ਇਸ ਦਾ ਆਨਸਰ ਹੈਗਾ 21% ਅੱਗੇ 7ਵਾਂ ਕੁਐਸਚਨ ਹੈ ਪੰਜਾਬ ਵਿੱਚ ਖੇਤੀਬਾੜੀ ਦੇ ਅਧੀਨ ਸਭ ਤੋਂ ਵੱਧ ਖੇਤਰਫਲ ਕਿਹੜੇ ਜ਼ਿਲ੍ਹੇ ਵਿੱਚ ਹੈ ਇਸ ਦਾ ਆਨਸਰ ਹੈ ਫਿਰੋਜ਼ਪੁਰ 8ਵਾਂ ਕੁਐਸਚਨ ਹੈ ਹਰੀ ਕ੍ਰਾਂਤੀ ਤੋਂ ਤੁਸੀਂ ਕੀ ਸਮਝਦੇ ਹੋ ਇਸ ਦਾ ਆਨਸਰ ਹੈਗਾ ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਦੀ ਨਵੀਂ ਤਕਨੀਕ ਅਪਣਾਉਣ ਨਾਲ ਹੋਇਆ ਹੈ ਨੋਮਾ ਕੋਸ਼ਣਾ ਪੰਜਾਬ ਦੀਆਂ ਵਪਾਰਕ ਫਸਲਾਂ ਕਿਹੜੀਆਂ ਹਨ ਇਸ ਦਾ ਆਨਸਰ ਹੈਗਾ ਗੰਨਾ ਕਪਾ ਅਤੇ ਤੇਲ ਹਨ ਦਸਮਾ ਹੈਗਾ ਪੰਜਾਬ ਦੀਆਂ ਖਾਣ ਵਾਲੀਆਂ ਮੁੱਖ ਫਸਲਾਂ ਕਿਹੜੀਆਂ ਹਨ ਕਣਕ ਛੋਲੇ ਚੋਲ ਜੋ ਮੱਕੀ ਆਦ ਅੱਗੇ ਨੇ ਸਹੀ ਗਲਤ ਪਹਿਲਾ ਹੈਗਾ ਪੂਰੇ ਭਾਰਤ ਵਿੱਚ ਪੰਜਾਬ ਦਾ ਕਣਕ ਦੀ ਪੈਦਾਵਾਰ ਰੀਸ ਪਹਿਲਾ ਸਥਾਨ ਹੈਗਾ ਗਲਤ ਦੂਜਾ ਹੈਗਾ ਪੂਰੇ ਭਾਰਤ ਵਿੱਚ ਪੰਜਾਬ ਦਾ ਚਾਵਲ ਦੀ ਪੈਦਾਵਾਰ ਲਈ ਸਤਮਾ ਸਥਾਨ ਹੈਗਾ ਸਹੀ ਤੀਜਾ ਹੈਗਾ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਤੋਂ ਵੱਧ ਟਰੈਕਟਰ ਹਨ ਇਹਦਾ ਆਨਸਰ ਹੈਗਾ ਸਹੀ ਅੱਗੇ ਆ ਜਾਂਦਾ ਆਪਣਾ ਚੌਥਾ ਲੈਸਨ ਪੰਜਾਬ ਵਿੱਚ ਉਦਯੋਗਿਕ ਵਿਕਾਸ ਇਸ ਦਾ ਪਹਿਲਾ ਕੁਸ਼ਨ ਹੈਗਾ ਪੰਜਾਬ ਵਿੱਚ ਕਿਸ ਪ੍ਰਕਾਰ ਦੇ ਉਦਯੋਗ ਉਦਯੋਗ ਮੌਜੂਦ ਹਨ ਹਾਂਜੀ ਦੋਸਤੋ ਇਸ ਦਾ ਜਿਹੜਾ ਆਨਸਰ ਹੈਗਾ ਵੱਡੇ ਅਤੇ ਮੱਦਮ ਦੋਸਤੋ ਆਪਣਾ ਪਹਿਲਾ ਕੁਸ਼ਨ ਜਿਹੜਾ ਹੈਗਾ ਉਸ ਦਾ ਆਨਸਰ ਹੈਗਾ ਛੋਟੇ ਪੈਮਾਨੇ ਦੇ ਉਦਯੋਗ ਤੇ ਵੱਡੇ ਅਤੇ ਮੱਦਮ ਉਦਯੋਗ ਦੂਜਾ ਪ੍ਰਸ਼ਨ ਹੈਗਾ ਪੰਜਾਬ ਦੇ ਚਾਰ ਮੱਖਕ ਉਦਯੋਗਾਂ ਦੇ ਨਾਂ ਲਿਖੋ ਹਾਂਜੀ ਇਸ ਦਾ ਆਨਸਰ ਹੈਗਾ ਖੇਡ ਵਸਤੂਆਂ ਉਦਯੋਗ ਹੋਜ਼ਰੀ ਉਦਯੋਗ ਲੋਹਾ ਤੇ ਇਸਪਾਤ ਉਦਯੋਗ ਸਿਲਾਈ ਮਸ਼ੀਨ ਉਦਯੋਗ ਤੀਜਾ ਕੁਸ਼ਨ ਹੈਗਾ ਪੰਜਾਬ ਵਿੱਚ ਉਦਯੋਗਾਂ ਦੀਆਂ ਤਿੰਨ ਕਿਸਮ ਸਮੱਸਿਆਵਾਂ ਲਿਖੋ ਊਰਜਾ ਦੀ ਘਾਟ ਕੱਚੇ ਮਾਲ ਦੀ ਘਾਟ ਤੇ ਵਿੱਤ ਦੀ ਘਾਟ ਚੌਥਾ ਕੁਸ਼ਨ ਹੈਗਾ ਪੰਜਾਬ ਦੇ ਉਹਨਾਂ ਤਿੰਨ ਸ਼ਹਿਰਾਂ ਦੇ ਨਾਂ ਲਿਖੋ ਜਿੱਥੇ 슈ਗਰ ਮਿਲ ਮੌਜੂਦ ਹਨ ਹਾਂਜੀ ਪਹਿਲਾ ਹੈਗਾ ਮੁਕੇਰੀਆ ਦੂਜਾ ਭੋਗਪੁਰ ਤੀਜਾ ਬਟਾਲਾ ਅਨੇਮਾ ਕੁਐਸਚਨ ਹੈ ਪੰਜਾਬ ਦੇ ਕੁੱਲ ਘਰੇਲੂ ਉਤਪਾਦ ਵਿੱਚੋਂ ਉਦਯੋਗਿਕ ਖੇਤਰ ਦਾ ਯੋਗਦਾਨ ਕਿੰਨਾ ਹੈ ਇਸ ਦਾ ਆਨਸਰ ਹੈਗਾ ਲਗਭਗ 19% 2013-14 ਵਿੱਚ ਛੇਮਾ ਹੈਗਾ ਖੇਡ ਵਸਤੂਆਂ ਦਾ ਉਤਪਾਦਨ ਕਰਨ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ ਇਸ ਦਾ ਆਨਸਰ ਹੈ ਜਲੰਧਰ ਅੱਗੇ ਆਇਆਗਾ ਆਪਣਾ ਸਤਵਮਾ ਕੁਐਸਚਨ ਸਾਈਕਲ ਉਦਯੋਗ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ ਜਵਾਬ ਹੈ ਲੁਧਿਆਣਾ ਅੱਗੇ ਨੇ ਆਪਣੀਆਂ ਖਾਲੀ ਧਾਵਾਂ ਪੰਜਾਬ ਵਿੱਚ ਡੈਸ਼ ਉਦਯੋਗਾਂ ਦੀ ਘਾਟ ਹੈ ਇਸ ਦਾ ਆਨਸਰ ਹੈ ਵੱਡੇ ਤੇ ਮੱਧਮ ਦੂਜਾ ਕੁਐਸਚਨ ਹੈਗਾ ਬਟਾਲਾ ਅਤੇ ਮੰਡੀ ਗੋਬਿੰਦਗੜ੍ਹ ਡੈਸ਼ ਉਦਯੋਗਾਂ ਲਈ ਪ੍ਰਸਿੱਧ ਹਨ ਇਸ ਦਾ ਅਨਸਰ ਹੈ ਲੋਹਾ ਤੀਜਾ ਹੈਗਾ ਪੰਜਾਬ ਵਿੱਚ ਉਦਯੋਗਿਕ ਨਿਕਤੀ ਡੈਸ਼ ਦੇ ਅੰਤਰਗਤ ਉਦਯੋਗਾਂ ਲਈ ਵਿਭਿੰਨ ਸਹੂਲਤਾਂ ਦੇ ਵਿਕਾਸ ਲਈ ਇੱਕ ਵਿਸ਼ੇਸ਼ ਫੰਡ ਦੀ ਸਥਾਪਨਾ ਕੀਤੀ ਗਈ ਹੈ ਇਸ ਦਾ ਅਨਸਰ ਹੈਗਾ 2009 ਦੇ ਚੌਥਾ ਹੈਗਾ ਜਲੰਧਰ ਡੈਸ਼ ਉਦਯੋਗਾਂ ਲਈ ਪ੍ਰਸਿੱਧ ਹੈ ਇਸ ਦਾ ਹੈਗਾ ਖੇਡ ਵਸਤੂਆਂ ਦੇ ਅੱਗੇ ਹੈਗੇ ਨੇ ਸਹੀ ਗਲਤ ਪਹਿਲਾ ਹੈਗਾ ਪੰਜਾਬ ਦੀ ਅਰਧ ਬਵਸਥਾ ਉਦਯੋਗਾਂ ਤੇ ਆਧਾਰਿਤ ਹੈ ਇਸ ਦਾ ਹੈਗਾ ਅਨਸਰ ਹੈ ਗਲਤ ਦੂਜੀ ਹੈਗਾ ਪੰਜਾਬ ਵਿੱਚ ਉਦਯੋਗਾਂ ਦੇ ਪ੍ਰਤੀ ਸਾਹਨ ਲਈ ਬੈਟ ਸੁਧਾਰ ਅਤੇ ਹੋਰ ਕਈ ਕਰ ਸੁਧਾਰ ਕੀਤੇ ਗਏ ਹਨ ਇਸ ਦਾ ਆਨਸਰ ਹੈਗਾ ਸਹੀ ਤੀਜਾ ਹੈਗਾ ਪੰਜਾਬ ਵਿੱਚ ਛੋਟੇ ਪਮਾਨੇ ਦੇ ਉਦਯੋਗ ਬਹੁਤ ਹੀ ਪਿੱਛੜੇ ਹੋਏ ਹਨ ਇਸ ਦਾ ਆਨਸਰ ਹੈਗਾ ਗਲਤ ਚੌਥਾ ਹੈਗਾ ਉਦਯੋਗਿਕ ਨੀਤੀ 2009 ਉਦਯੋਗਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਭੂਮਿਕਾ ਨੂੰ ਵਿਸ਼ੇਸ਼ ਮਹੱਤਵ ਦਿੰਦੀ ਹੈ ਚੌਥਾ ਹੈਗਾ ਆਪਣਾ ਰਾਈਟ ਪੰਜਵਾਂ ਹੈਗਾ ਪੰਜਾਬ ਸਰਕਾਰ ਦੀ ਮੌਜੂਦਾ ਨੀਤੀ ਸੂਚਨਾ ਤਕਨੀਕ ਅਤੇ ਸੂਚਨਾ ਤਕਨੀਕ ਅਧਾਰਿਤ ਉਦਯੋਗ ਦੇ ਪ੍ਰਤੁਸਾਹਨ ਨੂੰ ਵਿਸ਼ੇਸ਼ ਮਤਵ ਦਿੰਦਾ ਦਿੰਦੀ ਹੈ ਪੰਜਵੇਂ ਦਾ ਹੈਗਾ ਆਪਣਾ ਸਹੀ ਸੇਮ ਹੈਗਾ ਖਣਿਜ ਸਾਧਨਾ ਦੀ ਘਾਟ ਪੰਜਾਬ ਵਿੱਚ ਉਦਯੋਗਾਂ ਦੀ ਇੱਕ ਗੰਭੀਰ ਸਮੱਸਿਆ ਹੈ ਵੀ ਹੈਗਾ ਸਹੀ ਅੱਗੇ ਹੈਗੇ ਨੇ ਉਹ ਵਿਕਲਪੀ ਪ੍ਰਸ਼ਨ ਪਹਿਲਾ ਹੈਗਾ ਲੁਧਿਆਣਾ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ਹਾਂਜੀ ਦੋਸਤੋ ਪਹਿਲੇ ਦਾ ਹੈਗਾ ਆਨਸਰ ਆਪਣਾ ਆਪਸ਼ਨ ਨੰਬਰ 3 ਇਹ ਦੋਵੇਂ ਹੀ ਸਾਈਕਲੋ ਉਦਯੋਗ ਤੇ ਹੋਜ਼ਰੀ ਉਦਯੋਗ ਦੂਜਾ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਮੁੱਖ ਉਦਯੋਗ ਹੈ ਹਾਂਜੀ ਦੋਸਤੋ ਦੂਜੇ ਦਾ ਹੈਗਾ ਸਾਈਕਲ ਉਦਯੋਗ অপশন নাম্বার 1 অপশন নাম্বার 2 ਹੋজਰੀ ਉਦਯੋਗ নাম্বার 3 ਹੈ ਖੇਡ ਵਸਤੂਆਂ ਉਦਯੋਗ অপশন নাম্বার 4 ਹੈ ਸਾਰੇ ਹੀ ਦੂਜੇ ਦਾ आंसर ਹੈਗਾ অপশন নাম্বার 4 ਹੈ ਸਾਰੇ ਹੀ ਤੀਜਾ ਹੈਗਾ ਵਰਤਮਾਨ ਵਿੱਚ ਪੰਜਾਬ ਵਿੱਚ ਛੋਟੇ ਪੈਮਾਨੇ ਦੇ ਉਦਯੋਗ ਅਤੇ ਵੱਡੇ ਅਤੇ ਮੱਧਮ ਪੱਧਰ ਦੇ ਉਦਯੋਗਾਂ ਦੀ ਗਿਣਤੀ ਕਰੰਬਾਰ ਕਿੰਨੀ ਹੈ ਤੀਜੇ ਦਾ ਹੈਗਾ ਆਪਣਾ অপশন নাম্বার 2 1.6 ਲੱਖ ਤੇ 4.60 ਲੱਖ ਚੌਥਾ ਕੁਛ ਨਿਕਿਆ ਵੱਡੇ ਅਤੇ ਮੱਧਮ ਉਦਯੋਗਾਂ ਦੀ ਤੁਲਨਾ ਵਿੱਚ ਪੰਜਾਬ ਵਿੱਚ ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਧੇਰੇ ਵਿਕਾਸ ਦੇ ਕੀ ਕਾਰਨ ਹਨ ਹਾਂਜੀ ਚੌਥੇ ਦਾ ਆਪਸ਼ਨ ਨੰਬਰ 1 ਹੈ ਊਰਜਾ ਸਾਧਨਾਂ ਦੀ ਘਾਟ ਆਪਸ਼ਨ ਨੰਬਰ 2 ਕੁਦਰਤੀ ਸਾਧਨਾਂ ਦੀ ਘਾਟ ਆਪਸ਼ਨ ਨੰਬਰ 3 ਛੋਟੇ ਪੈਮਾਨੇ ਦੇ ਉਦਯੋਗਾਂ ਪ੍ਰਤੀ ਸਰਕਾਰ ਦੀ ਸਮਰਥਕ ਨੀਤੀ ਤੇ ਚੌਥੀ ਹੈਗੀ ਹੈ ਇਹ ਸਾਰੇ ਹੀ ਚੌਥੇ ਦਾ ਆਪਣਾ ਆਨਸਰ ਹੈਗਾ ਆਪਸ਼ਨ ਨੰਬਰ 4 ਹੀ ਹੈ ਸਾਰੇ ਹੀ ਪੰਜਵਾਂ ਹੈਗਾ ਭਾਰਤ ਵਿੱਚ ਛੋਟੇ ਪੈਮਾਨੇ ਦੇ ਉਦਯੋਗਾਂ ਵਿੱਚ ਨਿਵੇਸ਼ ਸੀਮਾ ਕਿੰਨੀ ਹੈ ਪੰਜਵੇਂ ਦਾ ਆਪਣਾ ਆਨਸਰ ਹੈਗਾ অপਸ਼ਨ ਨੰਬਰ 2 ਉਤਪਾਦਿਕ ਉਦਮ 25 ਲੱਖ ਰੁਪਏ ਤੋਂ 5 ਕਰੋੜ ਰੁਪਏ ਛੇਵਾ ਉਦਮ 10 ਲੱਖ ਰੁਪਏ ਤੋਂ 2 ਕਰੋੜ ਰੁਪਏ ਅੱਗੇ ਛੇਵਾਂ ਕੁਸ਼ਨ ਹੈ ਹੇਠ ਲਿਖੇ ਪੰਜਾਬ ਦੇ ਸ਼ਹਿਰਾਂ ਵਿੱਚੋਂ ਕਿਹੜੇ ਸ਼ਹਿਰ ਵਿੱਚੇ 슈ਗਰ ਮਿੱਲ ਸਥਿਤ ਹੈ ਹਾਂਜੀ ਛੇਵੇਂ ਦਾ ਆਪਣਾ ਆਨਸਰ ਹੈਗਾ অপਸ਼ਨ ਨੰਬਰ 4 অপਸ਼ਨ ਪਹਿਲੀ ਹੈਗਾ ਮੁਕੇਰੀਆ ਦੂਜਾ ਬਟਾਰਾ ਤੀਜਾ ਭੋਗਪੁਰ ਚੌਥਾ ਇਹ ਸਾਰੇ ਹੀ ਸ਼ਹਿਰਾਂ ਵਿੱਚ ਤਾਂ ਇਸ ਦਾ ਆਨਸਰ ਹੈਗਾ অপਸ਼ਨ ਨੰਬਰ 4 ਇਹ ਸਾਰੇ ਸ਼ਹਿਰਾਂ ਵਿੱਚ ਸਤਮਾ ਹੈਗਾ ਉਦਯੋਗਿਕ ਵਿਕਾਸ ਲਈ ਪੰਜਾਬ ਵਿੱਚ ਕਿਹੜੇ ਯਤਨ ਕੀਤੇ ਜਾਣੇ ਚਾਹੀਦੇ ਹਨ ਸਤਮੇ ਦਾ ਆਪਸ਼ਨ ਨੰਬਰ 1 ਹੈ ਸਸਤੀ ਊਰਜਾ ਦੀ ਉਪਲਬਧਤਾ ਦੂਜਾ ਸਸਤੀ ਸਾਖ ਦੀ ਉਪਲਬਧਤਾ ਤੀਜਾ ਕਰਾਂ ਵਿੱਚ ਕਮੀ ਆਪਸ਼ਨ 4 ਰਹੀ ਹੈ ਸਾਰੇ ਹੀ ਇਸ ਦਾ ਆਨਸਰ ਹੈਗਾ ਆਪਸ਼ਨ 4 ਰਹੀ ਹੈ ਸਾਰੇ ਹੀ ਅੱਠਵਾਂ ਕੁਸ਼ਨ ਹੈ ਪੰਜਾਬ ਵਿੱਚ ਉਦਯੋਗਾਂ ਦੇ ਵਿਕਾਸ ਲਈ ਰਾਜ ਸਰਕਾਰ ਦੁਆਰਾ ਕਿਹੜੇ ਯਤਨ ਕੀਤੇ ਜਾ ਰਹੇ ਹਨ ਅੱਠਵੇਂ ਦਾ ਆਪਣਾ ਹੈਗਾ ਆਪਸ਼ਨ ਨੰਬਰ 1 ਹੈਗਾ ਮਪੈਨ ਨਸਨਸਥਾ ਮਦੀ ਸਥਾਪਨਾ অপਸ਼ਨ 2 ਵਿੱਤੀ ਪ੍ਰੋਤਸਾਹਨ অপਸ਼ਨ 3 ਨ ਸਮਰਥਕ ਉਦਯੋਗਿਕ ਨੀਤੀ অপਸ਼ਨ 4 ਇਹ ਸਾਰੇ ਹੀ ਇਸ ਦਾ ਹੈਗਾ 8ਵੇਂ ਦਾ অপਸ਼ਨ ਨੰਬਰ 4 ਇਹ ਸਾਰੇ ਹੀ 9ਵਾਂ ਹੈਗਾ ਪੰਜਾਬ ਵਿੱਚ ਵੱਡੇ ਉਦਯੋਗਾਂ ਦੇ ਮੁਕਾਬਲੇ ਛੋਟੇ ਪੱਧਰ ਦੇ ਉਦਯੋਗਾਂ ਦੇ ਜ਼ਿਆਦਾ ਵਿਕਾਸ ਦੀ ਕੀ ਵਜ੍ਹਾ ਹੈ ਨੰਬਰ 1 ਵੱਡੇ ਉਦਯੋਗਾਂ ਦੀ ਘਾਟ ਨੰਬਰ 2 ਮਾਹਿਰ ਅਤੇ ਮਿਹਨਤੀ ਕਾਰੀਗਰ ਨੰਬਰ 3 ਖੇਤੀਬਾੜੀ ਨੰਬਰ 4 ਉਪਰਲੇ ਸਾਰੇ ਹਾਂਜੀ 10 9ਵਾਂ ਦਾ ਆਪਣਾ ਆਨਸਰ ਹੈਗਾ ਆਪਸ਼ਨ ਨੰਬਰ 4 ਉੱਪਰ ਲਿਖੇ ਸਾਰੇ 10ਵਾਂ ਹੈਗਾ ਹੈ ਹੇਠ ਲਿਖੇ ਵਿੱਚੋਂ ਕਿਹੜਾ ਪੰਜਾਬ ਦਾ ਪ੍ਰਮੁੱਖ ਉਦਯੋਗ ਹੈ ਆਪਸ਼ਨ ਨੰਬਰ 1 ਹੋਜਰੀ 2 ਲੋਹਾ ਉਦਯੋਗ 3 ਸੀਮਿੰਟ ਤੇ 4 ਔਸ਼ਦੀ ਇਸ ਦਾ ਆਨਸਰ ਹੈਗਾ ਹੋਜਰੀ ਤੇ 11ਵਾਂ ਹੈਗਾ ਪੰਜਾਬ ਵਿੱਚ ਖੰਡ ਦੀ ਮਿਲਾਂ ਕਿਸ ਜ਼ਿਲ੍ਹੇ ਵਿੱਚ ਹਨ ਇਸ ਦਾ ਆਨਸਰ ਹੈਗਾ ਪਟਾਲਾ ਗੁਰਦਾਸਪੁਰ ਬਠਿੰਡਾ ਤੇ ਆਪਸ਼ਨ 4 ਉੱਪਰ ਲਿਖੇ ਸਾਰੇ ਇਸ ਦਾ ਆਨਸਰ ਹੈਗਾ ਉੱਪਰ ਲਿਖੇ ਸਾਰੇ ਅੱਗੇ ਹੈਗਾ ਆਪਣਾ ਲਾਸਟ ਲੈਸਨ ਹੈ ਪੰਜਵਾਂ ਬੋ ਵਿਕਲਪੀ ਪ੍ਰਸ਼ਨ ਪਹਿਲਾ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਸਰਕਾਰ ਦੀ ਆਮਦਨ ਦਾ ਸਰੋਤ ਹੈ ਇਸ ਦਾ ਹੈਗਾ ਕਰ ਕਰ ਆਮਦਨ ਦੂਜਾ ਗੈਰ ਕਰ ਆਮਦਨ ਤੀਜਾ ਕੇਂਦਰ ਤੋਂ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਆਪਸ਼ਨ 4 ਉਪਰੋਕਤ ਸਾਰੇ ਇਸ ਦਾ ਹੈਗਾ ਉਪਰੋਕਤ ਸਾਰੇ ਦੂਜਾ ਹੈਗਾ ਖਰਚ ਦੀਆਂ ਹੇਠਾਂ ਲਿਖੀ ਕਿਹੜੀ ਮਦ ਪੰਜਾਬ ਸਰਕਾਰ ਦੀ ਗੈਰ ਵਿਕਾਸੀ ਖਰਚ ਨਹੀਂ ਹੈ ਇਸ ਦਾ ਹੈਗਾ ਆਪਸ਼ਨ ਨੰਬਰ 2 ਸਿੱਖਿਆ ਤੇ ਖਰਚ ਤੀਜਾ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਸਰਕਾਰ ਦੀ ਆਮਦਨ ਦਾ ਸਭ ਤੋਂ ਘੱਟ ਸਰੋਤ ਹੈ ਇਸਦਾ ਹੈਗਾ অপਸ਼ਨ ਨੰਬਰ 1 ਹੈ ਮਨੋਰੰਜਨ ਕਰ ਅੱਗੇ ਹੈਗਾ ਆਪਣਾ ਚੌਥਾ ਪ੍ਰਸ਼ਨ 2017-18 ਵਿੱਚ ਪੰਜਾਬ ਸਰਕਾਰ ਦਾ ਸਰਵਜਨਕ ਕਰਜ਼ ਕਿੰਨਾ ਸੀ ਇਸਦਾ ਹੈਗਾ অপਸ਼ਨ ਨੰਬਰ 3 19 ਲੱਖ 5978 ਕਰੋੜ ਤੇ ਅੱਗੇ ਹੈਗਾ ਆਪਣਾ ਪਹਿਲਾ ਪ੍ਰਸ਼ਨ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਡੈਸ਼ ਤੋਂ ਪ੍ਰਾਪਤ ਹੁੰਦੀ ਹੈ ਇਸਦਾ ਹੈਗਾ ਐਸਜੀਐਸਟੀ ਅੱਗੇ ਦੂਜਾ ਹੈਗਾ ਖੇਤੀ ਅਤੇ ਉਦਯੋਗਾਂ ਦੇ ਖਰਚਾ ਡੈਸ਼ ਖਰਚਾ ਹੈ ਇਸ ਦਾ ਹੈਗਾ ਵਿਕਾਸੀ ਖਰਚਾ ਅੱਗੇ ਤੀਜਾ ਹੈਗਾ ਪੰਜਾਬ ਸਰਕਾਰ ਦੇ ਖਰਚਿਆਂ ਵਿੱਚ ਗੈਰ ਵਿਕਾਸੀ ਖਰਚੇ ਡੈਸ਼ ਹਾਨੇਸ ਦਾ ਹੈਗਾ ਵੱਧ ਤਾਂ ਹਾਂਜੀ ਦੋਸਤੋ ਇਹ ਸੀ ਇਕਨੋਮਿਕ 11ਵਾਂ ਜਮਾਤ ਦੇ ਵਿਦਿਆਰਥੀਆਂ ਲਈ ਇਕਨੋਮਿਕ ਦੇ ਪੇਪਰ ਦੇ ਇੰਪੋਰਟੈਂਟ ਕੁਐਸਚਨ ਜੇਕਰ ਹੋਰ ਕਿਸੇ ਜਮਾਤ ਦੇ ਚਾਹੁੰਦੇ ਆ ਅਨਸਰ ਕੁਐਸਚਨ ਤੇ ਕਮੈਂਟ ਬਾਕਸ ਵਿੱਚ ਦੱਸ ਦੇਣਾ ਆਪਾਂ ਉਹ ਵੀ ਅਪਲੋਡ ਕਰ ਦੇਵਾਂਗੇ ਤਾਂ ਧੰਨਵਾਦ ਆਦੀ ਵੀਡੀਓ ਚੈਨਲ ਆਈ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ